ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਹਲਕਾ ਫਗਵਾੜਾ ਵਿੱਚ ਕਾਂਗਰਸ ਦੀ ਹੋਈ ਸ਼ਾਨਦਾਰ ਜਿੱਤ ਮਗਰੋਂ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦੀ ਵਧੀਆ ਕਾਰਗੁਜ਼ਾਰੀ ਵੇਖਦੇ ਹੋਏ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਦੀ ਸਿਫਾਰਿਸ਼ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਜ਼ਿਲ੍ਹਾ ਕਪੂਰਥਲਾ ਦੀ ਵਾਗਡੋਰ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦੇ ਹੱਥਾਂ ਵਿੱਚ ਸੰਭਾਲਦੇ ਹੋਏ ਕੋਆਰਡੀਨੇਟਰ ਨਾਮਜ਼ਦ ਕੀਤਾ ਹੈ। ਜ਼ਿਕਰਯੋਗ ਹੈ ਕਿ ਬਲਵੀਰ ਰਾਣੀ ਸੋਢੀ ਵਿਦੇਸ਼ ਗਏ ਹੋਣ ਕਾਰਨ ਕਾਂਗਰਸ ਹਾਈਕਮਾਂਡ ਨੇ ਰਾਜੂ ਤੇ ਵਿਸ਼ਵਾਸ ਜਤਾਉਂਦਿਆਂ ਅਹਿਮ ਜ਼ਿੰਮੇਵਾਰੀ ਦਿੱਤੀ ਹੈ। ਆਓ ਸੁਣਾਉਂਦੇ ਹਾਂ ਸਾਂਝ ਟੀਵੀ ਦੇ ਡਾਇਰੈਕਟਰ ਹਰਦੀਪ ਸਿੰਘ ਤੱਗੜ ਨਾਲ ਹੋਈ ਗੱਲਬਾਤ ਵਿੱਚ ਦਲਜੀਤ ਰਾਜੂ ਨੇ ਕੀ ਕਿਹਾ। ਹੈਲੋ ਸਰ, ਹਰਦੀਪ ਸਿੰਘ ਤੱਗੜ ਬੋਲਦਾ ਸਾਂਝ ਟੀਵੀ ਤੋਂ। ਦਲਜੀਤ ਰਾਜੂ ਜੀ ਬੋਲਦੇ ਜੀ? ਹਾਂਜੀ ਸਰ, ਇੱਕ ਜਿਹੜੀ ਕਿ ਲੈਟਰ ਕੱਢੀ ਗਈ ਆ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਵੱਲੋਂ ਤੁਹਾਨੂੰ ਬਲਵੀਰ ਰਾਣੀ ਸੋਢੀ ਜਿਹੜੇ ਬਾਹਰ ਗਏ ਉਹ 'ਤੇ ਲਿਖਾ, ਉਸ ਤੋਂ ਬਾਅਦ ਤੁਹਾਨੂੰ ਜਿਹੜਾ 15 ਤਰੀਕ ਨੂੰ ਧਰਨੇ ਲੱਗਣੇ, ਉਹਨਾਂ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ, ਇਸ ਬਾਰੇ ਥੋੜ੍ਹਾ ਜਿਹਾ ਦੱਸਿਓ ਕਿਹੜੀ ਕਿਹੜੀ ਜ਼ਿੰਮੇਵਾਰੀ ਤੁਹਾਨੂੰ ਲਗਾਈ ਗਈ ਆ। ਮੈਂ ਸਭ ਤੋਂ ਪਹਿਲਾਂ ਤਾਂ ਦੱਗੜ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕਰਦਾ, ਜਿਹੜੇ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਆ ਸੁਨੀਲ ਜਾਖੜ ਜੀ ਜੀ, ਔਰ ਸਾਡੇ ਕੈਬਨਿਟ ਮਿਨਿਸਟਰ ਜਿਹੜੇ ਸ਼ਾਮ ਸੁੰਦਰ ਅਰੋੜਾ ਜੀ ਆ ਜੀ ਪੰਜਾਬ ਦੇ, ਉਹਨਾਂ ਦਾ, ਔਰ ਜਿਹੜੇ ਸਾਡੇ ਸਾਬਕਾ ਮੰਤਰੀ ਸਰਦਾਰ ਜਗਵਿੰਦਰ ਸਿੰਘ ਜੀ ਮਾਨ ਜੀ, ਸਾਡੇ ਸਰਦਾਰ ਗੁਰਵਿੰਦਰ ਸਿੰਘ ਜੀ ਧਾਲੀਵਾਲ ਸਾਹਿਬ MLA ਸਾਹਿਬ ਜੀ, ਸਰਦਾਰ ਨਵਦੇਵ ਸਿੰਘ ਚੀਮਾ ਜੀ ਜਿਹੜੇ ਸਾਡੇ MLA ਸੁਲਤਾਨਪੁਰ ਲੋਧੀ ਜੀ, ਉਹਨਾਂ ਦਾ ਧੰਨਵਾਦ ਕਰਦਾ। ਉਹਨਾਂ ਨੇ ਜਿਹੜਾ ਜ਼ਿਲ੍ਹੇ ਦੇ 15 ਤਰੀਕ ਨੂੰ ਜਿਹੜੇ ਧਰਨੇ ਲੱਗਣੇ, ਜਿਹੜੇ ਜ਼ਿਲ੍ਹੇ ਦੀ ਜਿੰਨੀ ਵੀ ਜ਼ਿੰਮੇਵਾਰੀ ਆ, ਕੋਈ ਵੀ ਪਾਰਟੀ ਦਾ ਪ੍ਰੋਗਰਾਮ ਹੋਊਗਾ ਜੀ, ਉਹਦੇ ਲਈ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਕੋਆਰਡੀਨੇਟਰ ਦੀ ਜੀ, ਜ਼ਿਲ੍ਹੇ ਦੇ ਕੋਆਰਡੀਨੇਟਰ ਜਿੰਨੇ ਵੀ ਫੰਕਸ਼ਨ ਹੋਣਗੇ ਪਾਰਟੀ ਜੀ। ਰਾਜੂ ਜੀ, 15 ਤਰੀਕ ਤੱਕ ਆ ਜਾਂ ਉਸ ਤੋਂ ਬਾਅਦ ਵੀ ਹੋਵੇਗਾ? ਉਸ ਤੋਂ ਬਾਅਦ ਤਾਂ ਜਿੰਨਾ ਚਿਰ ਹੈਗੇ ਆ ਵੀ ਉਹਨਾਂ ਤੋਂ ਬਾਅਦ ਜਿੰਨੇ ਵੀ ਪ੍ਰੋਗਰਾਮ ਹੋਣਗੇ ਸਾਰਿਆਂ ਦਾ ਲਾਇਆ ਜੀ ਜੀ। ਤੇ ਤੁਹਾਨੂੰ ਕਿਹਾ ਜਾਂਦਾ ਤੁਸੀਂ ਫਗਵਾੜ ਦੇ ਵਿੱਚ ਦਿਹਾਤੀ ਪ੍ਰਧਾਨ ਵਜੋਂ ਬੜੀ ਵੱਡੀ ਜ਼ਿੰਮੇਵਾਰੀ ਨਿਭਾਈ ਹੈ, ਕਿਉਂਕਿ ਇਹ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ, ਸ਼ਾਮ ਸੁੰਦਰ ਅਰੋੜਾ, ਮਾਨ ਸਾਹਿਬ ਨੂੰ ਸਾਰਿਆਂ ਨੂੰ ਉਹਨੇ ਥਾਪੀ ਵੀ ਦਿੱਤੀ ਸੀ। ਉੱਥੇ ਇਹ ਵੀ ਚਰਚਾਵਾਂ ਚੱਲ ਰਹੀਆਂ ਸੀ ਜੇਕਰ ਫਗਵਾੜਾ ਦੀ ਸੀਟ ਜਿੱਤ ਕੇ ਤੁਸੀਂ ਬਲਵਿੰਦਰ ਧਾਲੀਵਾਲ ਜਿਤਾ ਦਿੰਦੇ ਹੋ ਤਾਂ ਪਾਰਟੀ ਵੱਲੋਂ ਵੱਡੀ ਜਿਹੜੀ ਕਿ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਜਾਵੇਗੀ, ਵੱਡਾ ਅਹੁਦਾ ਦਿੱਤਾ ਜਾਵੇਗਾ, ਕੀ ਇਹ ਸੋਚਿਆ ਜਾ ਸਕਦਾ ਕਿ ਜਿਹੜਾ ਤੁਹਾਨੂੰ ਇੱਕ ਤੁਹਾਡੇ ਸਿਆਸੀ ਜੀਵਨ ਦੇ ਵਿੱਚ ਬੜਾ ਵੱਡਾ ਤੋਹਫਾ ਕਹਿ ਸਕਦੇ ਹਾਂ ਕੈਪਟਨ ਸਾਹਿਬ ਵੱਲੋਂ ਦਿੱਤਾ ਗਿਆ, ਕਿਉਂਕਿ ਪੂਰੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਜਿੱਥੇ ਬਲਵੀਰ ਰਾਣੀ ਸੋਢੀ ਪ੍ਰਧਾਨਗੀ ਕਰ ਰਹੇ ਸੀ ਉਹਨਾਂ ਦੀ ਸੇਮ ਜਿਹੜੀ ਕਿ ਪੋਸਟ ਤੇ ਤੁਹਾਨੂੰ ਲਾ ਕੇ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਆ? ਨਹੀਂ ਸਤਕ ਸਾਹਿਬ, ਇਹ ਤਾਂ ਗੱਲ ਬਿਲਕੁਲ ਹੈ ਵੀ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜ਼ਿਲ੍ਹੇ ਦੀ। ਪਹਿਲਾਂ ਮੈਂ ਬਲਾਕ ਪ੍ਰਧਾਨ ਸੀ ਜੀ, ਹੁਣ ਡਿਸਟ੍ਰਿਕਟ ਪੂਰਾ ਦਿੱਤੀਆਂ, ਬਹੁਤ ਵੱਡੀ ਜ਼ਿੰਮੇਵਾਰੀ ਆ, ਪਰ ਸਾਡਾ ਪਾਰਟੀ ਦੇ ਹਾਈਕਮਾਨ ਨਾਲ ਕੋਈ ਕਮਿਟਮੈਂਟ ਨਹੀਂ ਸੀ। ਉਹਨਾਂ ਨੇ ਕੰਮ ਦੇਖੇ ਜੀ, ਜਿਹੜੀ ਬਲਾਕ ਕਾਂਗਰਸ ਸਿਆਸੀ ਇਸ ਵਾਰ 12,000+ ਜਿੱਤੀ ਆ ਫਗਵਾੜੇ ਚ, ਇਤਿਹਾਸ ਹੋਇਆ ਜੀ, ਉਹਦੀ ਜਿੱਤ ਕੇ ਉਹਨਾਂ ਨੇ ਆਪਣੇ ਤੌਰ ਤੇ ਮੈਨੂੰ ਮਾਣ ਬਖਸ਼ਿਆ। ਮੇਰੀ ਕੋਈ ਪਾਰਟੀ ਤੋਂ ਮੰਗ ਨਹੀਂ ਸੀ ਜੀ। ਕੈਪਟਨ ਅਮਰਿੰਦਰ ਸਿੰਘ ਨੇ ਔਰ ਸਹੀ ਸਾਡੇ ਜਿਹੜੇ ਸੁਨੀਲ ਜਾਖੜ ਜੀ ਔਰ ਜਿਹੜੇ ਸਾਡੇ ਇਲੈਕਸ਼ਨ ਦੇ ਇੰਚਾਰਜ ਸੀ ਸੁੰਦਰ ਸ਼ਾਮ ਅਰੋੜਾ ਜੀ, ਜਿਹੜੇ ਮੰਤਰੀ ਆ ਸਾਡੇ ਜੀ, ਉਹਨਾਂ ਨੇ ਜਿਹੜਾ ਕੰਮ ਦੇਖ ਕੇ ਔਰ ਸਾਡੇ ਜਿਹੜੇ ਹਲਕੇ ਦੇ MLA ਸਾਹਿਬ ਧਾਲੀਵਾਲ ਸਾਹਿਬ, ਐਕਸ ਮਿਨਿਸਟਰ ਸਰਦਾਰ ਜਗਵਿੰਦਰ ਸਿੰਘ ਮਾਨ ਚੀਮਾ ਸਾਹਿਬ ਜੀ ਨੇ ਸਿਫਾਰਿਸ਼ ਕੀਤੀ ਆ ਵੀ ਇਹ ਜਿਹੜਾ ਸਾਡਾ ਵਰਕਰ ਆ, ਮੈਂ ਵਰਕਰ ਇਹ ਹਮੇਸ਼ਾ ਆਪਣੇ ਆਪ ਨੂੰ ਸਮਝ ਵੀ ਇਹ ਜ਼ਿੰਮੇਵਾਰੀ ਨੂੰ ਆ ਸਕਦਾ, ਉਹਨਾਂ ਨੇ ਇਸ ਕਰਕੇ ਜਿਹੜੀ ਉਹ ਦਿੱਤੀ ਆ, ਤੇ ਮੈਂ ਹਾਈਕਮਾਂਡ ਦਾ ਫਿਰ ਧੰਨਵਾਦ ਕਰਦਾ। ਅੱਜ 11 ਤਰੀਕ ਹੋ ਚੁੱਕੀ ਆ ਤੇ ਸਿਰਫ 4 ਦਿਨ ਬਾਕੀ ਆ ਜਿਹੜਾ 15 ਨਵੰਬਰ ਦਾ ਪ੍ਰੋਗਰਾਮ ਆ, ਕੀ ਤੁਸੀਂ ਪੂਰੇ ਜ਼ਿਲ੍ਹੇ ਨੂੰ ਕਵਰ ਕਰ ਲਓਗੇ? ਬਿਲਕੁਲ ਕਰਾਂਗੇ ਜੀ, ਔਰ ਜਿਹੜਾ ਹਮੇਸ਼ਾ ਹੀ ਫਗਵਾੜਾ ਜਿਹੜਾ ਹਮੇਸ਼ਾ ਹੀ ਬਹੁਤ ਵੱਡੇ ਕਾਫਲਾ ਲੈ ਕੇ ਜਾਂਦਾ ਵਰਕਰਾਂ ਦਾ ਜੀ, ਇਸ ਵਾਰੀ ਫਗਵਾੜੇ ਤੋਂ ਪਲੱਥ ਦੇ ਜਿੰਨੇ ਵੀ ਮੇਰੇ ਹੈਗੇ ਆ ਕਾਂਗਰਸੀ ਵਰਕਰ ਬਲਾਕ ਪ੍ਰਧਾਨ ਔਰ ਜਿਹੜੇ ਕਪੂਰਥਲਾ ਤੋਂ ਸਾਡੇ MLA ਸਾਹਿਬ, ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਜੀ, ਪ੍ਰਧਾਨ ਜੀ ਚੀਮਾ ਜੀ, ਸਾਰਿਆਂ ਨਾਲ ਗੱਲਬਾਤ ਕਰਕੇ ਔਰ ਬਹੁਤ ਵੱਡਾ ਜਿਹੜਾ ਜ਼ਿਲ੍ਹਾ ਪੱਧਰ ਤੇ ਧਰਨਾ, ਜਿਹੜਾ ਨਰਿੰਦਰ ਮੋਦੀ ਜਿਹੜੀ ਸਰਕਾਰ ਆ ਸੈਂਟਰ ਦੇ ਵਿੱਚ ਕੇਂਦਰ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ਼ ਜਿਹੜੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ਼ ਆ, ਉਹ ਬਹੁਤ ਵੱਡਾ ਜਿਹੜਾ ਧਰਨਾ ਹੈ ਸਾਬਤ ਹੋਊਗਾ ਰੈਲੀ ਦਾ ਰੂਪ ਜੀ। ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਸਰ। ਬਿਊਰੋ ਰਿਪੋਰਟ, ਸਾਂਝ ਟੀਵੀ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲਿਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।